ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ, ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ। ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਲਈ ਮਿਹਨਤਾਂ ਕਾਬਜਾ ਕਰਕੇ ਖੂਬਸੂਰਤ ਔਰ ਲਾਜਵਾਬ ਵੀਡੀਓ ਲੈ ਕੇ ਹਾਜ਼ਰ ਹੋਣਾ। ਉਮੀਦ ਕਰਨਾ ਕਿ ਇਨਸ਼ਾਅੱਲਾ ਤਾਲਾ ਅੱਜ ਦੀ ਵੀਡੀਓ ਪਸੰਦ ਆਏਗੀ। ਲਾਈਕ ਕਰੋਗੇ, ਸ਼ੇਅਰ ਕਰੋਗੇ ਔਰ ਕਮੈਂਟ ਕਰੋਗੇ। ਤੁਹਾਡਾ ਦੇਸ਼ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰਨਾ ਦੋਸਤੋ ਨਹੀਂ ਭੁੱਲੋਗੇ। ਜਿਹੜੇ ਮੇਰੇ ਵੀਰ ਭਰਾ ਦੋਸਤ ਕਹਿੰਦੇ ਨੇ ਕਿ ਦੁੱਧ ਦੀ ਨਹਿਰ ਹੋਣੀ ਚਾਹੀਦੀ ਹੈ, ਗਵਾਲਣ ਗਾਂ ਹੋਣੀ ਚਾਹੀਦੀ ਹੈ, ਕਦ ਕਾਠ 'ਚ ਚੰਗੀ ਹੋਣੀ ਚਾਹੀਦੀ ਹੈ ਔਰ ਮਗਰ ਦੋਸਤ ਵੱਛੀ ਹੋਣੀ ਚਾਹੀਦੀ ਹੈ, ਥਣ ਰੁਕ ਰੁਕ ਦੌੜਨਾ ਚਾਹੀਦਾ ਹੈ ਔਰ ਰੇਟ ਬਹੁਤ ਹੀ ਮਕਬੂਲ ਹੋਣਾ ਚਾਹੀਦਾ ਹੈ। ਅੱਜ ਉਹਨਾਂ ਮੇਰੇ ਵੀਰਾਂ ਭਰਾਵਾਂ ਦੋਸਤਾਂ ਅਤੇ ਸਬਸਕ੍ਰਾਈਬਰਾਂ ਵਾਸਤੇ ਜਨਾਬੇ ਲਈ ਬਹਿਣ ਆ ਗਈ। ਜਨਾਬੇ ਲਈ ਗਾਏ ਦਾ ਮਾਸ਼ਾਅੱਲਾ ਸੁਆ ਤੀਜਾ ਔਰ ਜਨਾਬੇ ਲਈ ਸਾਫ਼ ਸੁਥਰੀ ਬਹਿਣ। ਜਨਾਬੇ ਲਈ ਚਾਰੋ ਥਣ ਚੱਲਦੇ ਨੇ, ਇੱਕ ਥਣ ਅੱਧਾ ਪਰ ਤਿਲ ਕਰਕੇ ਮੋਟਾ ਜੀ ਆਪਾਂ ਨੂੰ ਦੇਣਗੇ, ਮਗਰ ਵੱਛੀ ਮੇਰੇ ਵੀਰ ਦੇਖਦੇ ਪਏ ਨੇ ਬੜੇ ਪਿਆਰੇ ਪ੍ਰਿੰਟ ਦੇ ਵਿੱਚ ਔਰ ਝਾਲਰ ਵੇਖ ਲੈਣ। ਦੋ ਜਨਾਬੇ ਲਈ ਗਿੜ੍ਹ ਦੀ ਸਾਹੀਵਾਲ ਦੇ ਵਿੱਚ ਫਰੀਜ਼ੀਅਨ ਦਾ ਬੜੀ ਮਾਸ਼ਾਅੱਲਾ ਬ੍ਰੀਡ ਦੀ ਦੇਖ ਲੈਣ, ਮਗਰ ਵੀ ਜਿਹੜਾ ਰੇਟ ਹੋਣਾ ਹੈ ਜਨਾਬੇ ਲਈ ਇਹ ਰੇਟ ਇਹ ਜਿਹਾ ਹੋਣਾ ਹੈ। ਇਸੇ ਸੂਏ 'ਚ ਮੇਰੇ ਵੀਰਾਂ ਨੇ ਵੱਛੀ ਵੇਚ ਲੈਣੀ ਇਹਨਾਂ ਦੀ, ਗਾਂ ਨਹੀਂ ਵੇਚਣੀ ਬਲਕਿ ਗਾਂ ਦਾ ਦੁੱਧ ਇਸੇ ਸੂਏ 'ਚ ਵੇਚ ਲੈਣਾ। ਵੱਛੀ ਵੱਜ ਜਾਣੀ, ਗਾਂ ਵੀ ਵੱਜ ਜਾਣੀ ਹੈ। 15 ਲੀਟਰ ਦੀ ਮੋਟਾ ਜੀ ਆਪਾਂ ਨੂੰ ਗਰੰਟੀ ਦੇ ਪਏ ਨੇ। ਬਹੁਤ ਵੱਡੀ ਗਾਂ, ਜਿਹੜੇ ਮੇਰੇ ਵੀਰ ਕਹਿੰਦੇ ਨੇ ਕਿ ਯਾਰ ਘਰੇ ਜਾਨਵਰ ਪੀਣ ਵਾਸਤੇ ਹੋਣਾ ਚਾਹੀਦਾ ਸਾਫ਼ ਸੁਥਰਾ, ਪੂਰੀ ਆਰ ਪਾਸੋਂ ਸਾਫ਼ ਸੁਥਰੀ। ਇੱਕ ਥਣ ਥੋੜ੍ਹਾ ਜਿਹਾ ਘਾਟੇ ਮੈਂ ਆਪਣੇ ਵੀਰਾਂ ਨੂੰ ਦੱਸਦਾ ਜਾਵਾਂ, ਅੱਧਾ ਥਾਣੇ ਮੁਕੰਮਲ ਨਹੀਂ, ਯਾਨੀ ਕਿ ਤਿਲ ਅੱਧਾ ਥਾਣੇ ਸ਼ੁਰੂ ਤੋਂ ਹੀ ਔਰ ਮੇਰੇ ਵੀਰਾਂ ਦੋਸਤਾਂ ਸਾਹਮਣੇ ਉਹ ਵਾਅਦਾ ਨਜ਼ਰ ਵੀ ਆਉਂਦਾ ਪਿਆ, ਚੁਆਈਆਂ ਕਰਾਵਾਂਗਾ। ਕੁਛ ਮੇਰੇ ਵੀਰ ਭਰਾ ਦੋਸਤ ਕਹਿੰਦੇ ਨੇ ਕਿ ਜਵੇਦ ਬਾਈ ਰੇਟ ਮਕਬੂਲ ਹੋਣਾ ਚਾਹੀਦਾ, ਜਾਨਵਰ ਸਾਫ਼ ਸੁਥਰਾ ਹੋਣਾ ਚਾਹੀਦਾ ਔਰ ਹਰ ਗੱਲ ਦੀਆਂ ਤਸੱਲੀਆਂ ਮੈਂ ਆਪਣੇ ਵੀਰਾਂ ਨੂੰ ਕਰਾਉਂਦਾ ਪਿਆ। ਲੈਣੇ ਮੇਰੇ ਮੁਕੱਦਰ ਨੇ, ਸਭ ਦੋਸਤ ਨਸੀਬਾਂ ਨੇ, ਮੋਟਾ ਜੀ ਹਰ ਚੀਜ਼ ਮੇਰੇ ਵੀਰਾਂ ਨੂੰ ਤਸੱਲੀ ਕਰਾਉਂਦੇ ਪਏ ਨੇ, ਤੁਰਨ ਪਿੰਨ ਤੋਂ ਲੈ ਕੇ ਹਰ ਗੱਲ ਦੀਆਂ ਤਸੱਲੀਆਂ। ਮਾਸ਼ਾਅੱਲਾ ਵੇਖ ਲੈਣ ਮੇਰੇ ਭਰਾ, ਤਸੱਲੀਆਂ ਕਰ ਲੈਣ, ਬੈਠ ਤੇ ਖੂਨ ਚੰਗਾ, ਕਦ ਕਬਾੜਾ ਚੰਗਾ ਗਾਂ ਦੇ ਕੋਲੇ, ਥਣ ਚੰਗਾ ਪਾਵਰ ਵਾਲਾ, ਤੁਣ ਚੰਗਾ ਔਰ ਝਾਲਰ ਚੰਗੀ, ਪੂਰੀ ਮਾਸ਼ਾਅੱਲਾ ਗਾਂ ਗਵਾਲਣ ਨੇ ਦੋਸਤੋ। ਜਿਹੜੇ ਗਵਾਲ ਦੇ ਵਿੱਚ ਆਉਣਾ ਚਾਹੁੰਦੇ ਨੇ ਇਨਸ਼ਾਅੱਲਾ ਤਾਲਾ ਗਵਾਲ ਦੇ ਵਿੱਚ ਮੇਰੇ ਵੀਰ ਦੁੱਧ ਚੇਨ ਦੇ ਪੈਸੇ ਪੂਰੇ ਕਰ ਲੈਣਗੇ। ਗਾਂ ਦਾ ਮਾਸ਼ਾਅੱਲਾ ਪੂਰਾ ਨਫਰਾਂ ਦੇਖ ਲੈਣ, ਪੂਰੀਆਂ ਤਸੱਲੀਆਂ ਵੇਖ ਕਰ ਲੈਣ। ਵੱਡੀਆਂ ਗਾਵਾਂ 'ਚ ਸ਼ੁਮਾਰ ਹੈ ਦੋਸਤੋ, ਬਾਰ ਬਾਰ ਦੱਸਣ ਦਾ ਹੈ ਤਾਂ ਦੱਸਦਾ ਪਿਆ ਕਿ ਮੇਰੇ ਵੀਰ ਭਰਾ ਦੋਸਤ ਕੁਛ ਐਸੇ ਨੇ ਕਿ ਜਿਹੜੇ ਬਰੀਡ ਵੀ ਲੈਣਾ ਚਾਹੁੰਦੇ ਨੇ, ਜਿਹੜੀ ਮਰਜ਼ੀ ਇਹਦੇ ਤੋਂ ਬਰੀਡ ਲਈ ਜਾ ਸਕਦੀ ਹੈ। ਮਾਸ਼ਾਅੱਲਾ ਐਡੀ ਸਾਫ਼ ਸੁਥਰੀ ਬੈਡ, ਮਗਰ ਦੋਸਤੋ ਵੱਛੀ ਹੈ, ਵੱਛੀ ਮਾਸ਼ਾਅੱਲਾ ਬੜੀ ਪਿਆਰੀ, ਸਾਹੀਵਾਲ ਦੇ ਵਿੱਚ ਕ੍ਰੋਸ ਚੋਲਸਤਾਨੀ ਦੇ ਵਿੱਚ ਕ੍ਰੋਸ ਹੈ, ਸਾਹੀਵਾਲ ਚੋਲਸਤਾਨੀ ਕ੍ਰੋਸ ਵੱਛੀ ਹੈ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ। ਇੱਕ ਦੀਆਂ ਦੋ ਦੋਸਤੋ ਗਾਵਾਂ ਲੈਣ ਦੇ ਮੁਕਦਰਾਂ ਦਾ, ਸੌਦਾ ਦੋਸਤੋ ਨਸੀਬਾਂ ਦਾ, ਹਰ ਗੱਲ ਦੀਆਂ ਤਸੱਲੀਆਂ ਕਰਾਉਂਦੇ ਪਏ ਆਪਣੇ ਬਾਈਆਂ ਨੂੰ। ਬਾਲਟੀ ਮੁੰਦੀ ਕਰ ਲੈ ਜੀ, ਚਲੋ ਐ ਚੁਆ ਦੇਖਦੇ ਪਏ ਨੇ। ਮਾਸ਼ਾਅੱਲਾ ਅੱਲਾਹ ਦੀ ਆਵਾਜ਼ਾਂ ਆਉਣੀਆਂ ਦੋਸਤੋ, ਅਸੀਲ ਸਾਹ ਹੋਏ ਨਹੀਂ, ਵੰਗਾ ਪਾਓ ਪਾਓ ਨਾ ਪਾਓ ਨਾ ਪਾਓ, ਬੜੀ ਅਸੀਲ ਮਾਸ਼ਾਅੱਲਾ ਵੈ, ਕਦਮ ਨਹੀਂ ਪੁੱਟੇਗੀ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਸਾਰੀ ਗੱਲ। ਐ ਠੀਕ ਹੋ ਗਿਆ ਅਗਲਾ ਚੋ, ਐ ਚੁਆ ਵੇਖਦੇ ਪਏ ਨੇ, ਜਿੱਦਾਂ ਥਣ ਮਾਸ਼ਾਅੱਲਾ ਪਾਵਰ ਵਾਲਾ ਓਡਾ ਹੀ ਚੁਆ ਪਾਵਰ ਵਾਲਾ, ਜਿਵੇਂ ਜਨਾਬ 4 ਇੰਚ ਦਾ ਪੈਪ ਖੁੱਲ ਜਾਂਦਾ ਇਸ ਤਰੀਕੇ ਮਾਸ਼ਾਅੱਲਾ ਚੁਆ ਹੈ। ਐਹ ਅੱਲਾ ਉਹਦੀਆਂ ਆਵਾਜ਼ਾਂ ਆਉਂਦੀਆਂ ਪਈਆਂ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ। ਇਹਨਾਂ ਨੂੰ ਕਹਿੰਦੇ ਨੇ ਖਰੇ ਅਤੇ ਜਨਾਬੇ ਲਈ ਸੁੱਚੇ ਜਾਨਵਰ, ਮੋਤੀਆਂ ਰੰਗੇ ਮਾਸ਼ਾਅੱਲਾ ਸੋਨੇ ਰੰਗੇ ਡੰਗਰ। ਐ ਇਹ ਦੇਖਦੇ ਪਏ ਨੇ, ਅੱਧਾ ਥਣ ਪਰ ਤਿਲ ਕਰਕੇ ਬਾਈ ਦਿੰਦਾ ਪਿਆ, ਸਮਝੋ ਕਿ ਥਾਣੇ ਦਾ ਉਹ ਕੋਈ ਨਹੀਂ, 3 ਥਣੀ ਹੈ ਪਰ
ਅਤੇ ਚੌਥਾ ਤਣ ਵੀ ਚੱਲਦਾ ਹੈ, ਪਰ ਤਾਂ ਉਹ ਆਪਾਂ ਦੱਸਦਾ ਪਿਆ ਕਿ ਮੇਰੇ ਵੀਰ ਭਰਾ ਦੋਸਤ ਇਹ ਨਾ ਆਖਣ ਕਿ ਯਾਰ ਸਾਨੂੰ ਤੁਸੀਂ ਆਖਿਆ ਸੀ ਤਣ ਚੱਲਦਾ ਮੁਕੰਮਲ ਹੈ ਅਤੇ ਅੱਧਾ ਨਿਕਲੇ ਜਾ ਕੇ ਲਾਮਾ ਦੇਣ, ਨਹੀਂ ਗੱਲਾਂ ਅੱਲਾ ਦੇ ਘੁਣਾ ਉਹ ਹੋਣਗੀਆਂ ਜਿੰਨਾ ਫਰਕ ਨਹੀਂ ਹੋਏਗਾ, ਚੁਆ ਵੇਖ ਲੈਣ ਮੇਰੇ ਭਰਾ, ਗਾੜੀ ਨਾਲ ਗਾੜੀ ਚੋਲ ਪਛਾੜੀ ਨਾਲ ਪਛਾੜੀ ਚੋਲ। ਹਾਂਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਮਾਸ਼ਾਅੱਲਾ ਚੁਆ ਚੰਗਾ ਬੈਠਦਾ, ਨਸਲੋ ਜ਼ਾਤੋ ਚੰਗੀ, ਕਦ ਕਾਠ ਚੰਗਾ, ਸ਼ਾਹ ਜ਼ੋਰ ਜਿੰਨੀ ਦੋਸਤ ਲੰਮੀ ਹੈ, ਸ਼ਾਹ ਜ਼ੋਰ ਜਿੰਨੀ ਉੱਚੀ। ਮਾਸ਼ਾਅੱਲਾ ਸ਼ਾਹ ਜ਼ੋਰ ਡਾਲੇ ਦੇ ਵਿੱਚ ਪੂਰੀ ਆ ਜਾਵੇ ਬੈਠ ਨਹੀਂ। ਮਾਸ਼ਾਅੱਲਾ ਬੜਾ ਚੁਆਟ ਜਿਵੇਂ ਟੂਲ ਚੱਲ ਪੈਂਦਾ। ਪਿਛਲਾ ਤਾਂ ਚੋਈ ਜਾਂਦੇ ਮੋਟਾ ਜੀ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ 15 ਲੀਟਰ ਦੀ ਮੋਟਾ ਸਾਹਿਬ ਗਰੰਟੀ ਦੇ ਰਹੇ ਨੇ ਪੱਕੀ ਵੱਛੀ ਨੂੰ ਖੁੱਲ੍ਹਾ ਦੁੱਧ ਛੱਡ ਕੇ। ਭਾਈ ਕਹਿੰਦਾ 8-7 ਮੁੱਠਾ ਘੱਟ, ਜ਼ਿਆਦਾ ਨਹੀਂ ਹੈ, ਫਿਰ ਵੀ ਤਿਲ ਕਰਕੇ ਦਿੰਦਾ ਪਿਆ। ਐਂ ਹੁੰਦੇ ਨੇ ਖਰਿਆਂ ਬੰਦਿਆਂ ਦੇ ਕੰਮ, ਜਿਨ੍ਹਾਂ ਨੇ ਖਰਾ ਕਰਨਾ ਅੱਲਾ ਦੇ ਉਹਨਾਂ ਨੇ ਖਰਾ ਕਰਕੇ ਡੰਗਰ ਲੈਣਾ ਅਤੇ ਖਰਾ ਕਰਕੇ ਦੇਣਾ। ਮਾਸ਼ਾਅੱਲਾ ਜਿੰਨੀ ਵੈੜ ਬੜੀ ਖਰੀ ਹੈ, ਬੜੀ ਖਰੀ ਹੈ। ਸਿਰਫ ਪਰਲੇ ਥਾਣ ਦੀਆਂ ਅਣਬਹਿਣੀ ਵਾਲੇ ਸਾਈਡ ਦਾ ਜਿਹੜਾ ਥਾਣ ਹੈ ਉਹਦੀਆਂ ਮੁੱਠਾਂ ਪਿਛਲੇ ਦੀਆਂ ਘੱਟਦੀਆਂ ਨੇ, 8-10 ਮੁੱਠਾਂ, ਪਰ ਫਿਰ ਵੀ ਤਿਲ ਕਰਕੇ ਆਪਾਂ ਦੇ ਰਹੇ। ਦੇਖਦੇ ਮੈਨੂੰ ਖਤਮ ਹੋ ਗਿਆ, ਔਰਲਾ ਥਾਨ ਚੋਈ ਜਾਂਦੇ ਨੇ, ਉਹ ਪਰਲਾ ਹਾਲੇ ਵੀ ਦੁੱਧ ਆ ਰਿਹਾ। ਪੰਜ 6-7-8-9-10 ਬਸ ਠੀਕ ਹੈ। ਲੈ ਜੀ ਲੈ, ਹਰ ਗੱਲ ਮੇਰੇ ਵੀਰਾਂ ਭਰਾਵਾਂ ਨੇ ਦੇਖ ਲਈ, ਮਾਸ਼ਾਅੱਲਾ ਤਸੱਲੀਆਂ ਕਰਾ ਦਿੱਤੀਆਂ ਨੇ। ਲੈਣੇ ਦੇਣੇ ਦੋਸਤੋ ਮੁਕੱਦਰ ਨੇ, ਸੌਦੇ ਨੇ ਸੀਮਾ ਨੇ ਪਕੜੇ। ਬਿਲਕੁਲ ਜੀ ਬਿਲਕੁਲ, ਦੁੱਧ ਵੀ ਸਫੈਦ ਚਿੱਟਾ ਦੋਸਤ ਜਿਵੇਂ ਮਾਝ ਦਾ ਹੁੰਦਾ। ਲਿਆਓ ਮੋਟਾ ਜੀ ਲੀਟਰ ਵਾਲੇ ਮਾਸ਼ਾਅੱਲਾ। ਆ ਜਨਾਬ 1, ਐ ਜਨਾਬ 2 ਕਿਲੋ, ਐ ਜਨਾਬ ਮਾਸ਼ਾਅੱਲਾ 3 ਕਿਲੋ, ਐ ਜਨਾਬ 4 ਕਿਲੋ, ਐ ਜਨਾਬ 5 ਕਿਲੋ, ਐ ਜਨਾਬ 6 ਕਿਲੋ, ਐ ਜਨਾਬ 7 ਕਿਲੋ, ਐ ਜਨਾਬ 8 ਕਿਲੋ, ਐ ਜਨਾਬ 9 ਲੀਟਰ ਮੇਰੇ ਵੀਰਾਂ ਸਾਹਮਣੇ ਆ ਗਿਆ। ਔਰ ਭਾਈ ਨੇ ਆਪਾਂ ਨੂੰ 15 ਲੀਟਰ ਦੀ ਗਰੰਟੀ ਦਿੱਤੀ ਵੱਛੀ ਖੁੱਲ੍ਹਾ ਛੱਡ ਕੇ।
10 ਮੁੱਠਾ ਘੱਟ ਦਿੰਦਾ 10 ਮੁੱਠਾ। ਅੱਛਾ ਜੀ ਮੋਟਾ ਜੀ ਗੱਲ ਸਾਰੀ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ ਆ ਗਈ ਨਾ, ਮੂੰਹ ਪੱਟ ਕੇ ਵਿਖਾ ਦਿਓ ਵੀਰ। ਇਹ ਕਹਿੰਦੇ ਨੇ ਯਾਰ ਤੁਸੀਂ ਮੂੰਹ ਪੱਟ ਕੇ ਜਿਹੜੀ ਗਾਂ ਵਿਖਾ ਦੇਣੀ ਵਿਖਾ, ਕੁਹਾੜਿਆਂ ਰੰਗੇ ਦੰਦ ਮਾਸ਼ਾਅੱਲਾ ਤਗੜੀ ਵੇਖਦੇ ਭੈਣੇ ਜਵਾਨ ਗਾਂ ਮਾਸ਼ਾਅੱਲਾ। ਆ ਜਾਓ, 8 ਦੰਦ ਪੂਰੇ। ਮੋਟਾ ਜੀ ਗਾਂ ਦਾ ਰੇਟ ਆਪਾਂ ਉਹ ਕਰਨਾ ਅੱਜ ਜਿਹੜਾ ਲੈ ਲੈਣਾ, ਬਾਅਦ 100 ਵੀ ਨਹੀਂ ਮੰਗਣਾ। ਇਹ ਅੱਜ ਉਹ ਕਰਨਾ ਕਿ ਗੁਸ਼ਤ ਵਾਲਾ ਮੁੱਲ ਕਰਨਾ ਜਾਨਵਰ ਦਾ, ਬਲਕਿ ਦੁੱਧ ਵਾਲਾ ਵੀ ਨਹੀਂ ਕਰਨਾ। ਹਰ ਗੱਲ ਔਰ ਦੁੱਧ 15 ਲੀਟਰ ਦੀ ਗਰੰਟੀ, ਕਿਉਂਕਿ ਇੱਕ ਥਣ 10 ਮੁੱਠਾ ਕੱਢਦਾ ਉਹਦੀ ਵਜ੍ਹਾ ਤੋਂ ਆਪਾਂ ਨੂੰ ਭਾਈ ਜਾਨ ਤਿਲ ਕਰਕੇ ਦੇ ਰਿਹਾ, ਇਹ ਰੇਟ ਹੈ। ਅਗਰ ਗਾਂ ਦੇ ਚਾਰੇ ਥਣ ਪੂਰੇ ਹੁੰਦੇ, ਚਾਰੇ ਹੁੰਦੇ, ਗੱਲ ਸਾਰੀ 3 ਲੱਖ ਦੀ। ਇਹ ਪਿਆਰ ਮੁਹੱਬਤ ਸ਼ਫਕਤਾ ਸਿਰਫ ਸਿਰਫ ਮੇਰੇ ਸਬਸਕ੍ਰਾਈਬਰਾਂ ਵਾਸਤੇ ਹਮੇਸ਼ਾ ਮੋਟਾ ਕਰਦਾ ਰਹੇਗਾ। ਔਰ ਜਿਹੜੇ ਮੇਰੇ ਵੀਰ ਨੇ ਜਨਾਬ 6ਵਾਂ ਦੇ ਨੇ, ਰਾਬਤਾ ਨੰਬਰ ਲੈ ਸਕਦੇ 0300 ਹਮੇਸ਼ਾ ਤਰ੍ਹਾਂ ਜਨਾਬ ਪੂਰਾ ਜੀ 510-4051 ਇਸੇ 'ਤੇ ਵਟਸਐਪ ਦੋਸਤੋ, ਇਸੇ ਤਰ੍ਹਾਂ ਰਾਬਤਾ ਨੰਬਰ। ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੁਏਲ ਨੂੰ ਦੇਣ ਜਾਸਤਾਨ ਪਾਕਿਸਤਾਨ।